सत श्री अकाल जी, चैनल पंजाबी देख रहे हो तुसी। मैं आ किरणदीप कौर। पंजाब च DAP खाद की घाट कारण किसानों नूं वड्डियां मुश्किलां दा सामना करना पै रहा है। इस घाट करके DAP खाद की कालाबाजारी होने लगी है, जिस च 1200 रुपए की DAP 1500 रुपए च वेची जा रही है। वड्डे किसान तो किसी तरह इस नूं खरीद लैंदे ने, पर गरीब किसानों लई इह फर्क बहुत वड्डा है ते उह सरकारी सोसाइटियां ते दफ्तरां दे बाहर खड़न लई मजबूर हो जांदे ने। पर हुण किसानां वल्लों एका करके खाद की कालाबाजारी करने वाले खिलाफ मोर्चा खोल दिता गया है। श्री मुक्तसर साहब च किसानों ने DAP दी ट्रालियां फड़िया ने, जो लुका के DAP ले जा रही सन। किसान यूनियन के ब्लॉक प्रधान खुशवंत सिंह ने दसिया कि यह DAP स्टोर करके रखी जा रही है ता जो किसानों ना मिल सके। किसानों ने आरोप लाया कि प्रशासन की मिली भुगत नाल DAP की कमी पैदा की जा रही है ता कि बाद च इस मनमर्जी के भाव नाल वेचा जा सके। जिहड़ा ये देखो जी तुसी जिहड़ी DAP दी किल ते कह रही है सरकार, किल आ रही है सरकार भी सानू, जिहड़ी मोदी सरकार आ जिहड़ी साडा संघर्ष दिल्ली चलदा सिर्फ किसानां नूं इक्का लिआउण वास्ते, किसान आ जिहड़े दिल्ली ना जा सकन, इत्थे रेह दी भाल दे विच इत्थे आपस विच दी उलझ जाण। और परसों जिहड़ा रैक लग्गिया, किन्ने क किसानां नूं किन्ने चार चार गट्टे दित्ते, कोई चारा चारा गट्टे ना कोई पूरी नहीं हुंदी। अज जिहड़ियां ट्रालियां आ फड़ियां सी, तीन ट्रालियां फड़ियां सी, एक ट्राली इन्हां ने खेतीबाड़ी विभाग लै गया, दो ट्रालियां हले भी साडे कोल मौजूद आ, इह रे कित्थों आ गई। रे सिर्फ एक जिहड़ी इह चोरां सा कुत्ती रली आ, सारा प्रशासन दे नाल मिली भुगत करके स्टोर करके जे रे रखी जाने मगरों किसानां नूं महंगे भाव ते जां कोई उह जी चीज़ देण बाबत नाल, इह सिर्फ एक स्टोर करके रे रखी गई आ। जिहड़ी परसों रैक लग्गिया उह सारी रे हले वंड नहीं हुई सही। ਜਿਹੜੀਆਂ ਟਰਾਲੀਆਂ ਫੜੀਆਂ, ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲ ਕੋਈ ਮਤਲਬ ਕਿ ਫਰਮ ਦਾ ਨਾਂ ਨਹੀਂ ਜਿੱਥੇ ਜਾ ਰਹੀ ਹੈ। ਇਹ ਜਿਹੜੀਆਂ ਟਰਾਲੀਆਂ ਫੜੀਆਂ ਜੀ, ਇਹਨਾਂ ਨੇ ਆਪਦੇ ਸਟੋਰ 'ਚ ਹੀ ਲਾਉਣੀਆਂ ਸੀ, ਬਾਅਦ ਦੇ ਵਿੱਚ ਕਿਸਾਨਾਂ ਨੂੰ ਇਹਨਾਂ ਨੇ ਨਾਲ ਕੋਈ ਲਾਲਚ ਲੈ ਕੇ ਦੇਣੀ ਸੀ। ਪਰ ਅਸੀਂ ਆਣੇ ਜਿਹੜੀਆਂ ਫੜੀਆਂ ਟਰਾਲੀਆਂ ਕਿਸਾਨਾਂ ਨੂੰ ਵੰਡੀ ਜਾਵੇ, ਸਹੀ ਰੇਹ ਦਿੱਤੀ ਜਾਵੇ। ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ, ਜਿਹੜੀ ਕਣਕ ਦੀ ਫਸਲ ਆ, ਅਨਾਜ ਕਿਸਾਨ ਪੈਦਾ ਕਰਦਾ, ਹਰੇਕ ਨੇ ਅਨਾਜ ਖਾਣਾ, ਇਹ ਨਹੀਂ ਇਕੱਲੇ ਕਿਸਾਨ ਨੇ ਖਾਣਾ, ਅਨਾਜ ਹਰੇਕ ਇਨਸਾਨ ਨੇ ਖਾਣਾ। ਜੇਕਰ ਇਹ ਲੇਟ ਹੁੰਦੀ ਹੈ ਬਿਜਾਈ ਸਾਡੀ, ਸਾਡੇ ਕਣਕ ਦਾ ਝਾੜ 'ਤੇ ਹੀ ਫਰਕ ਪਊਗਾ। ਅਸੀਂ ਇਹ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ, ਇਹ ਅੱਜ ਬਛਾਰਮ ਜਿਹੜੀਆਂ ਸਰਕਾਰਾਂ ਜਦੋਂ ਮੰਗ ਮੰਗ ਕੇ ਲਿਆਉਂਦੇ ਸੀ, ਇਹ ਝੋਲੀਆਂ ਅੜ ਅੜ ਕੇ ਅਨਾਜ ਬਾਹਰੋਂ ਮੰਗਦੇ ਸੀ, ਉਦੋਂ ਇਹਨਾਂ ਕਿਸਾਨਾਂ ਨੇ ਢਿੱਡ ਭਰਿਆ। ਅੱਜ ਉਸੇ ਕਿਸਾਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਿਰਫ ਜਾਣ ਬੁੱਝ ਕੇ। ਕੋਈ ਰੇਹ ਦੀ ਕਮੀ ਨਹੀਂ, ਰੇਹ ਅੱਜ ਵੀ ਇਹਨਾਂ ਦੁਕਾਨਦਾਰਾਂ ਕੋਲ ਪਈ ਆ, ਪਰ ਸਿਰਫ ਇਹ ਚੋਰਾਂ ਸਾ ਕੁੱਤੀ ਰਲੀ ਹੈ ਜਿਹੜੀ, ਉਹ ਇੱਕ ਕਾਲਾਬਾਜ਼ਾਰੀ ਕਰਨ ਦੀ ਬਾਬਤ ਹੀ ਇੱਕ ਸਟੋਰ ਕਰ ਕਰਕੇ ਰੱਖੀ ਜਾਂਦੇ ਨੇ। ਜਿਹੜੀ ਹੈਗੀ ਹੈ ਇਹ ਤੁਹਾਨੂੰ ਕਿੰਨੇ ਕਿੰਨੇ ਗੱਟੇ ਜਿਹੜੇ ਦਿੱਤੇ ਜਾ ਰਹੇ ਆ ਇਹਦੇ? ਪਰਸੋਂ ਜੀ ਵੇਖੋ ਲੈਣਾ 'ਚ ਲਾ ਕੇ 400-400 ਕਿਸਾਨ, 500-500 ਕਿਸਾਨ ਕੱਲ੍ਹ ਪਰਸੋਂ ਲੈਣਾ 'ਚ ਲੱਗੇ, 4 ਗੱਟੇ ਇੱਕ ਕਿਸਾਨ ਨੂੰ ਦਿੱਤੇ ਆ, ਜਿਹਦੇ ਕੋਲ ਕਿ ਮੰਨ ਲਓ ਕੱਲ੍ਹ 10 ਏਕੜ ਆ, ਕਿਸੇ ਕੋਲ 20 ਏਕੜ ਆ, ਚਾਰਾਂ ਗੱਟਿਆਂ ਨਾਲ ਕਿਵੇਂ ਬਿਜਾਈ ਸਾਡੀ ਹੋਊਗੀ? ਕੀ ਇਹ ਤੁਸੀਂ ਖੇਤੀਬਾੜੀ ਮਹਿਕਮੇ ਤੋਂ ਮੰਗ ਨਹੀਂ ਕਰ ਸਕਦੇ? ਖੇਤੀਬਾੜੀ ਮਹਿਕਮੇ ਨੂੰ ਅਸੀਂ ADC ਨੂੰ ਮਿਲੇ ਹਾਂ ਜੀ, ਚੀਫ ਸਾਹਿਬ ਨੂੰ ਮਿਲੇ ਹੋਏ ਹਾਂ, ਉਹਨਾਂ ਨੇ ਵੀ ਇਹ ਸਾਨੂੰ ਉਹਦੇ ਭਰੋਸਾ ਦਿੱਤਾ ਸੀਗਾ ਕਿ DAP ਜਿੱਦੇ ਰੈਕ ਲਾ ਗਿਆ ਕਿਸਾਨਾਂ ਨੂੰ ਵਾਧੂ ਕਰ ਦਾਂਗੇ। ਪਰ ਉਹ ਅਸੀਂ ਚੀਫ ਸਾਹਿਬ ਨੂੰ ਬੇਨਤੀ ਕਰਦੇ, ਰੈਕ ਵੀ ਲੱਗ ਗਿਆ, DAP ਹਲੇ ਵੀ ਕਹਿ ਲੈਂਦਾ ਕਿੱਥੇ ਵਾਧੂ ਹੋ ਗਈ ਹੈ DAP। ਸਾਨੂੰ ਇਹ ਲੱਗਦਾ ਕਿ ਸਾਰਾ ਪ੍ਰਸ਼ਾਸਨ ਆ ਜਿਹੜਾ ਇੱਕ ਦੂਜੇ ਨਾਲ ਰਲਿਆ। ਅਸੀਂ ਸਵੇਰੇ 4 ਵਜੇ ਦੇ ਆਏ ਹਾਂ ਜੀ, 4 ਵਜੇ ਇਹੀ ਕਿਹਾ ਗਿਆ ਸੀ ਕਿ DAP ਅੱਜ ਵੰਡੀ ਜਾਊਗੀ ਕਿਸਾਨਾਂ ਨੂੰ, ਹਰ ਕਿਸਾਨ ਨੂੰ ਕਿਹਾ ਗਿਆ ਸੀ। ਇਹੀ DAP ਤੁਸੀਂ ਸਟੇਸ਼ਨ 'ਤੇ ਵੇਖ ਲਓ ਜਾ ਕੇ, 20-25 ਹਜ਼ਾਰ ਗੱਟਾ ਪਿਆ, ਟਰੱਕ ਵੀ ਲੋਡ ਕੀਤੇ ਗਏ ਆ, ਟਰਾਲੀਆਂ ਵੀ ਲੋਡ ਕੀਤੀਆਂ ਗਈਆਂ। 5 ਮਿੰਟ ਪਹਿਲਾਂ 16 ਨੰਬਰ ਵਾਲਾ ਆੜ੍ਹਤੀਆ ਇੱਥੇ ਆਇਆ ਸੀ, ਉਹ ਕਹਿੰਦਾ ਅਸੀਂ ਕਿਰਾਇਆ ਵਾਹੁੰਦੇ ਹਾਂ ਮਾਲ ਸਟੈਟੀਆਂ ਦਾ, ਅਸੀਂ ਕਿਰਾਇਆ ਵਾਹੁੰਦੇ ਹਾਂ। ਬੈਲਟੀ ਦੇ ਉੱਤੇ ਕਿਸੇ ਸਟੈਟੀ ਦਾ ਨਾਂ ਨਹੀਂ, ਬਿਲਕੁਲ ਵੀ ਕਿਸੇ ਸਟੈਟੀ ਦਾ ਨਾਂ ਨਹੀਂ ਪਾਇਆ, ਜਿਹੜੀਆਂ ਇਹਨਾਂ ਕੋਲ ਬੈਲਟੀਆਂ, ਨਾ ਕੋਈ ਮੌੜ ਦਾ ਨਾ ਕੋਈ ਖਾਰੇ ਦਾ। ਉੱਥੇ ਟਰਾਲੀ ਖੜੀ ਆ, ਹੁਣੇ ਖੇਤੀਬਾੜੀ ਵਾਲੇ ਆਏ ਆ, ਉਹ ਵੀ ਕਹਿੰਦੇ ਸਾਡੇ ਕੋਲ ਕੋਈ ਪਰੂਫ ਨਹੀਂ ਕਿਤੇ ਜਾਣੀ ਆ, ਕਹਿੰਦੇ ਕਾਰਗਿਲ ਨਹੀਂ ਇੱਥੇ ਵੰਡ ਸਕਦੇ। ਅਸੀਂ ਸਰਕਾਰ ਨੂੰ, ਅਫਸਰਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਾਰਗਿਲ ਕਿਉਂ ਨਹੀਂ ਵੰਡ ਸਕਦੇ? ਕਿ ਬੈਨ ਲਾਇਆ ਇੱਥੇ ਵੀ ਉੱਤਮ ਹੀ ਵੰਡਾਂਗੇ, ਕਾਰਗਿਲ ਨਹੀਂ ਦੇ ਸਕਦੇ ਗੇ, ਅਸੀਂ ਨਹੀਂ ਕਾਰਗਿਲ ਵਰਤ ਸਕਦੇ ਗੇ, ਅਸੀਂ ਨਹੀਂ ਕਿਸਾਨ ਗੇ, ਅਸੀਂ ਉੱਤਮ ਨੂੰ ਕਿਉਂ ਡੇਕੀਏ? ਜੇ ਤਾਂ ਹੋਵੇ ਵੀ ਜ਼ਿਲ੍ਹੇ ਦੇ ਵਿੱਚ ਹੈਣੀ ਗੀ, ਫਿਰ ਤਾਂ ਅਸੀਂ ਮੰਨ ਲਈਏ ਸਟੇਸ਼ਨ 'ਤੇ ਹੈਣੀ ਗੀ, ਅਸੀਂ ਮੰਨ ਲਈਏ ਗੋਦਾਮਾਂ 'ਚ ਹੈਣੀ, ਅਸੀਂ ਮੰਨ ਲਈਏ ਅਸੀਂ ਮੁੜ ਜਾਂਦੇ ਹਾਂ, ਤੁਹਾਡੇ ਸਾਹਮਣੇ ਖੜੀ ਆ। ਕਿਸਾਨ ਦਾ ਚਾਅ ਨਹੀਂ ਗਾ ਕੋਈ ਇੱਥੇ ਖੜਨਾ ਰੋਲਣਾ, ਦਾਣੇ ਮੰਡੀਆਂ 'ਚ ਪਏ ਨੇ, ਵਾਹਣ ਵਿਹਲੇ ਪਏ ਨੇ, ਅਤੇ ਕਿਸਾਨ ਇੱਥੇ ਰੁਲਦਾ। ਜੇ ਪਿਓ ਪੁੱਤ ਉਹ ਇੱਥੇ ਬੈਠੇ ਆ, ਜੇ ਦੋ ਭਰਾ ਤਾਂ ਉਹ ਇੱਥੇ ਬੈਠੇ ਆ, ਜਿੰਨੇ ਕਿਸਾਨ ਖੜ੍ਹੇ ਆ ਕਿਸੇ ਨੇ ਰੋਟੀ ਨਹੀਂ ਖਾਧੀ, ਸਵੇਰੇ ਘਰੋਂ ਚਾਹ ਪੀ ਕੇ ਆਏ ਆ, ਦੁਕਾਨਾਂ ਤੋਂ ਮੋੜਿਆ ਗਿਆ, ਜਵਾਬ ਦਿੱਤਾ ਗਿਆ 15 ਮਿੰਟ ਪਹਿਲਾਂ ਕਿ ਅੱਜ ਨਹੀਂ ਮੰਡੀ ਆਊਗੀ, ਜਦੋਂ ਕਿਸਾਨ ਮੰਡੀਆਂ ਤੋਂ ਬਾਹਰ ਆਏ ਤਾਂ ਟਰਾਲੇ ਖੜ੍ਹੇ ਆ। ਇਹ ਫੀਮ ਤਾਂ ਨਹੀਂ, ਇਹ ਭੁੱਕੀ ਤਾਂ ਨਹੀਂ, ਕਾਲੇ ਕਾਗਜ਼ ਪਾ ਕੇ ਲਿਆਂਦੀ ਜਾਂਦੀ ਆ, ਇਹ ਰੇਹ ਆ। ਜੇ ਐਡੇ ਹੀ ਸਾਫ਼ ਸੁਥਰੇ ਨੇ ਇਹ,
सरकार अफसर किधर गए, किधर अखा मिच गई अफसर दियाँ, कहते यूरिया DAP भी पैक होकर वंटी जाती सी अज तक सुनी है किसी ने? तुम सातों वीड्डी उम्र के हो, इतने बजुर्ग खड़े आ, कदे DAP के उत्ते जा यूरिया दे पैक करके ले जाते देखे आ? कोई मीह नहीं, कोई कणी नहीं, सिर्फ ब्लैक है, ब्लैक दे विच वंटी जा रही है। 1500 नूं गट्टा दिता जा रहा, जां कुछ ना कुछ किसानां नूं दिता, नाल लै लो जी यूरिया, लै लो जी फलाना कुछ, लै लो जी त्यौंका कुछ, लै लो जी। ठीक है, एक घंटे तो इत्थे रुके होए आ, कोई मुलाजम नहीं आया, कोई पुलिस वाला नहीं आया, इत्थे किधर गए अफसर? किसान रुलदा रुली जावे कोई चक्कर नहीं। देखो किड्डी लुट है किसानां दी, अफसरां दीआं अखां मिचियां, लीडरां दीआं अखां मिच गईआं। आ 2 महीनों लीडर बाहर आउणगे, इत्थे हरेक पार्टी का लीडर बाहर निकलू, अज किसे लीडर नूं नहीं दीदा कि किसान रुलदा DAP वल्लों। हरेक नूं लोड़ है, पता है कि किसान नूं अज DAP नहीं मिलदी, किसान दा चा नहीं गा। असीं कहिंदे आ पैसिआं नूं लैणी आ, असीं मुक्त नहीं मंगदे, पैसे दिंदे आ असीं, जो रेट फिक्स आ असीं पैसे देण नूं तैयार हैं, पर जाणबुझ के ब्लैक करा जा रही है। इहदे विच प्रशासन का भी हाथ है, और ये जिहड़े आड़तगे आ डीलर आ इत्थों दे, इन्हां दा पूरा इन्हां नूं सहयोग करदा प्रशासन। जे प्रशासन का हाथ ना होवे तां तुसीं मेरे नाल चलो उत्थे, तो जिहड़ी लेबर ने DAP भरी उह तों पुछो अज किन्नी DAP आई है। ये कहिंदे खारे चली है, मौड़ चली है, खारे दी स्ट्रैटी है जिहड़ी उह कोटकपूरे च पैंदी है, कोटकपूरे गड्डी नहीं रुकदी, फरीदकोट गड्डी नहीं रुकदी गी, मुक्तसर दे लोक मरदे आ मर जाण, असीं दूजे जिले नूं देनी चाहुंदे आ। सब तो वड्डा की है कि कारगिल नहीं वड़ सकदी, कोई अफसर तां दस्से वी कारगिल ते की बैन लग्या होया ਵੀ ਮੁਕਤਸਰ ਦੇ ਵਿੱਚ ਕਾਰਗਿਲ ਨਹੀਂ ਵੰਡੀ ਜਾਊਗੀ, ਉੱਤੋਂ ਵੰਡੀ ਜਾਊਗੀ। ਕਾਰਗਿਲ ਦਾ ਮਤਲਬ ਕਿ ਗਾਣਾ ਗਾਈ ਜਾਂਦੇ ਹੋ, ਕਾਰਗਿਲ ਦੇ ਵਿੱਚ ਐਸੀ ਕੀ ਚੀਜ਼ ਹੈ? ਇਹ ਤਾਂ ਬਲੈਕ ਹੈ, ਕੁਛ ਨਹੀਂ, ਕੀ ਚੀਜ਼ ਹੈ? ਕੁਛ ਵੀ ਨਹੀਂ, ਬਲੈਕ ਇੱਕ ਬਹਾਨਾ ਬਣਾਇਆ ਵਾ ਵੀ ਇਹਦਾ ਰੈਕ ਬਾਹਰ ਦਾ ਜੀ। ਸਾਨੂੰ ਕੋਈ ਅਫਸਰ ਕੋਈ ਦੁਕਾਨਦਾਰ ਇਹ ਤਾਂ ਸਮਝਾ ਦੇ ਵੀ ਕੋਟਕਪੂਰੇ ਦੇ ਉੱਤੇ ਗੱਡੀ ਰੁਕਦੀ ਹੈ ਜਾਂ ਨਹੀਂ ਰੁਕਦੀ। ਠੀਕ ਹੈ, ਮੁਕਤਸਰ 'ਚ ਰੇਹ ਨਹੀਂ, ਠੀਕ ਹੈ, ਦੂਜੇ ਹਲਕੇ ਨੂੰ ਰੇਹ ਦਿੱਤੀ ਜਾ ਰਹੀ ਹੈ ਮੁਕਤਸਰੋਂ ਲਾ ਕੇ। ਠੀਕ ਹੈ, ਬਹਾਨਾ ਦੇਖੋ ਇਹਨਾਂ ਦਾ, ਸਭ ਤੋਂ ਵੱਡੀ ਲੁੱਟ ਹੈ ਕਿ ਕੱਲ੍ਹ ਨੂੰ ਉੱਤਮ ਵਾਲਿਆਂ ਦੀ ਰੇਹ ਆਊਗੀ ਉਹ ਦੇਵਾਂਗੇ ਜੀ ਤੁਹਾਨੂੰ। ਬੈਲਟੀ ਵਿਖਾਈ, ਬੈਲਟੀ ਦੇ ਉੱਤੇ ਕਿਸੇ ਸਟੈਟੀ ਦਾ ਨਾਂ ਨਹੀਂ ਬਿਲਕੁਲ ਵੀ। ਠੀਕ ਹੈ, ਗੋਦਾਮ ਦੇ ਵਿੱਚ ਜਾਣੀ ਹੈ ਤੁਸੀਂ, ਸਾਡੇ ਤੋਂ ਤੁਹਾਡਾ ਕੈਮਰਾ ਕਵਰ ਕਰ ਲਏ, ਜਦੋਂ ਵੀ ਇੱਥੋਂ ਭਰੀਆਂ ਜਾਂਦੀਆਂ ਟਰਾਲੀਆਂ, ਸਵੇਰੇ ਉੱਥੇ ਟਰੱਕ ਭਰੇ ਗਏ ਆ, ਟਰਾਲੀਆਂ ਭਰੀਆਂ ਗਈਆਂ, ਕਿੱਡੀ ਗੱਲ ਹੈ, ਅਸੀਂ ਪੈਸੇ ਦੇਣ ਨੂੰ ਤਿਆਰ ਖੜੇ ਹਾਂ। ਅਸੀਂ ਕਹਿੰਦੇ ਚਲੋ ਜੇ ਕਿਸੇ ਨੂੰ 10 ਗੱਟਿਆਂ ਦੀ ਲੋੜ ਆ ਉਹਨੂੰ 3 ਤਾਂ ਦੇ ਦਿਓ, ਜੇ ਕਿਸੇ ਨੇ 10 ਕਿੱਲੇ ਬੀਜਣੇ ਉਹ 3 ਤਾਂ ਬੀਜ ਲਏ ਆਪਦੇ। ਇੱਕ ਪਰਿਵਾਰ ਦੇ 3-3 ਜੀਅ ਖੜ੍ਹੇ ਇੱਥੇ ਭੁੱਖੇ ਤੇ ਆਏ, ਇੱਕ ਪਰਿਵਾਰ ਦੇ 3-3 ਜੀਅ ਸਵੇਰੇ ਆਉਂਦੇ ਆ 4 ਵਜੇ। ਠੀਕ ਹੈ, ਜੇ ਇੱਕ ਪਿਓ ਦੇ 2 ਪੁੱਤ ਆ ਉਹਦੇ ਮੋਟਰਸਾਈਕਲ 'ਤੇ ਬਾਹ ਕੇ ਲਿਆਉਂਦਾ ਘਰੋਂ, ਉਹਦੇ ਨਾਲ ਕੁਛ ਹੋ ਜੇ ਉਹਦੇ ਨਾਲ, ਇਸ DAP ਦੀ ਖਾਤਰ ਪਰਿਵਾਰ ਵੀ ਕਿਸੇ ਦਾ ਖਤਮ ਹੋ ਸਕਦਾ। ਕਿੱਥੋਂ ਲੈ ਕੇ ਆਏ ਸੀ DAP, ਕਿੱਥੇ ਜਾ ਰਹੀ ਹੈ? ਇਹ ਜੀ ਇੱਥੇ ਸਟੇਸ਼ਨ ਤੋਂ ਲਿਆਏ ਆ ਤੇ ਮੋੜ ਜਾ ਰਹੀ ਹੈ। ਮੋੜ ਕਿਹੜੇ ਮੋੜ ਜਾ ਰਹੀ ਹੈ ਇਹ? ਖਾਰੇ ਕੋਲ ਮੋੜ ਆ, ਖਾਰੇ ਦੇ ਨਾਲ, ਖਾਰੇ ਪਿੰਡ ਦੇ ਨਾਲ ਜਿਹੜਾ ਮੋੜ ਆ। ਹਾਂਜੀ ਹਾਂਜੀ। ਕੋਈ ਪਰਚੀ ਕੋਈ ਤੁਹਾਡੇ ਕੋਲੇ ਕੁਛ ਹੋਊਗਾ? ਬਿੱਲ ਜੀ ਉਹ ਬਾਊ ਕੋਲ ਆ, ਦੁਕਾਨ ਵਾਲੇ ਕੋਲ। ਦੁਕਾਨ ਵਾਲਿਆਂ ਕੋਲ, ਕਿੰਨੇ ਨੰਬਰ ਦੁਕਾਨ ਤੇ ਜਾਣੀ ਸੀ ਪਹਿਲਾਂ ਇਹ? ਇਹ ਤਾਂ ਦੁਕਾਨ ਤੇ ਨਹੀਂ ਜੀ, ਇਹ ਸਾਈਡ ਲਈ ਮਾਰ, ਉੱਥੇ ਗੇਟ ਪਾਸ ਖੀਚ ਕੇ ਸਾਈਡ ਦਾ ਆਇਆ। ਅੱਛਾ, ਅੱਗੇ ਸੁਸਾਇਟੀ ਦਾ ਗੇਟ ਪਾਸ ਕੱਟ ਕੇ ਆਇਆ ਤੁਹਾਡੇ ਕੋਲ? ਕਿੰਨੇ ਨੰਬਰ ਦੁਕਾਨ ਵਾਲੇ ਬਾਊ ਕੋਲੇ ਪਰਚੀ ਆ ਉਹਦੀ? 16 ਨੰਬਰ ਵਾਲੀ। 16 ਨੰਬਰ ਵਾਲੀ। ਖੇਤੀਬਾੜੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਫੜੀਆਂ ਟਰਾਲੀਆਂ ਦੀ ਜਾਂਚ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ, ਜੇਕਰ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ ਅਤੇ ਅਸੀਂ ਡੀਲਰ ਤੋਂ ਹੀ ਕਿਸਾਨਾਂ ਨੂੰ DAP ਦੀ ਵੰਡ ਕਰਵਾਵਾਂਗੇ। ਇਸ ਸੰਬੰਧ ਵਿੱਚ ਸਾਨੂੰ ਜਸਟ ਹੁਣੇ ਪਤਾ ਲੱਗਿਆ ਸੀਗਾ, ਮੈਨੂੰ ਮੇਰੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਸੁਜਿੰਦਰ ਸਿੰਘ ਹੋਰਾਂ ਨੇ ਦੱਸਿਆ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵੀ ਚੀਫ ਸਾਹਿਬ ਦੇ ਦਫ਼ਤਰ 'ਚੋਂ ਇੰਸਟਰਕਸ਼ਨਾਂ ਪ੍ਰਾਪਤ ਹੋਈਆਂ ਵੀ ਮੰਡੀ ਦੇ ਵਿੱਚ 2-3 ਟਰਾਲੀਆਂ ਨੂੰ ਕਿਸਾਨਾਂ ਵੱਲੋਂ ਜਿਹੜਾ ਘੇਰਾ ਪਾਇਆ ਹੋਇਆ, ਜਿਨ੍ਹਾਂ ਦਾ ਜਿਹੜਾ ਕੀ ਹੈਗਾ, ਜਿਹੜੀ ਆਈਡੈਂਟੀ ਹੈਗੀ, ਉਹ ਸ਼ੱਕੀ ਜਾਪਦੀ ਹੈ। ਇਸ 'ਤੇ ਅਸੀਂ ਕਾਰਵਾਈ ਕਰਦੇ ਹੋਏ ਤੁਰੰਤ ਮੌਕੇ 'ਤੇ ਇੱਥੇ ਪਹੁੰਚੇ। ਹੁਣ ਜਿੱਥੇ ਕਿ ਆਪਾਂ ਦੇਖ ਰਹੇ ਟਰਾਲੀਆਂ ਆਪਣੇ ਸਾਹਮਣੇ ਖੜੀਆਂ, ਇਹਦੇ ਜਿਹੜੀ ਪਹਿਲੀ ਟਰਾਲੀ ਇੱਕ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਅਸੀਂ ਦੇਖੀ ਗਈ ਹੈ, ਉਸ 'ਤੇ ਉਹ ਬਾਂਸਲ ਬਫਰਸ ਦੇ ਵੱਲੋਂ ਜਿਹੜੀ ਉਹਦੀ ਬਿਲਟੀ ਕੱਟੀ ਗਈ ਹੈ ਅਤੇ ਉਹਦੇ 'ਤੇ ਜਸਟ ਭਾਈ ਦਾ ਨਾਂ ਲਿਖਿਆ ਹੋਇਆ ਹੈ। ਅਤੇ ਉਹਦੇ 'ਤੇ ਅਸੀਂ ਜਦੋਂ ਡਰਾਈਵਰ ਤੋਂ ਕਨਫਰਮ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟਰਾਲੀ ਗੋਡਾਊਨ ਦੇ ਵਿੱਚ ਜਾਣੀ ਹੈ ਜੀ। ਇਸੇ ਤਰ੍ਹਾਂ ਅਸੀਂ ਹੁਣ ਦੂਸਰੇ ਸਪੋਟ 'ਤੇ ਪਹੁੰਚੇ ਹਾਂ, ਇੱਥੇ ਜਸਟ ਅਸੀਂ ਜਿਹੜੀ ਇਹਨਾਂ ਦੀ ਬਿਲਟੀ ਹੈ ਚੈੱਕ ਕਰਨੀ ਹੈ। ਜਿਹੜੀ ਪਹਿਲੀ ਟਰਾਲੀ ਹੈ ਅਸੀਂ ਉਹਨੂੰ ਇੰਸਟਰਕਸ਼ਨਾਂ ਦੇ ਦਿੱਤੀਆਂ ਵੀ ਤੁਸੀਂ ਜਿਹੜੀ ਟਰਾਲੀ ਲੈ ਕੇ ਸਾਡੇ ਦਫ਼ਤਰ ਖੇਤੀਬਾੜੀ ਦੇ ਪਹੁੰਚੋ। ਇਸੇ ਤਰ੍ਹਾਂ ਇਹਨਾਂ ਟਰਾਲੀਆਂ ਦੀ ਆਈਡੈਂਟੀ ਅਸੀਂ ਚੈੱਕ ਕਰ ਰਹੇ ਹਾਂ, ਜੇਕਰ ਸਾਨੂੰ ਇਹ ਡਾਊਟਫੁਲ ਜਾਪੀਆਂ ਤਾਂ ਅਸੀਂ ਇਹਨੂੰ ਦਫ਼ਤਰ ਲਿਜਾ ਕੇ ਲੋੜ ਅਨੁਸਾਰ ਇਸ 'ਤੇ ਕਾਰਵਾਈ ਕਰਦੇ ਹੋਏ ਇਹਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸਾਡਾ ਹੈਗਾ ਉਹਦੇ ਦੁਆਰਾ ਕਿਸਾਨਾਂ ਦੇ ਵਿੱਚ ਜਿਹੜੀ ਇਹ ਡੀਲਰ ਤੋਂ ਉਸੇ ਤੋਂ ਵੰਡ ਕਰਵਾਈ ਜਾਵੇਗੀ। ਕਿਸਾਨਾਂ ਦਾ ਕਹਿਣਾ ਕਿ 16 ਨੰਬਰ RTA ਦੀ DAP ਹੈ,
लेकिन मुक्तसर जिले की बजाय दूसरे फरीदकोट जिले के दो वक् वक् सोसायटियों के जिमें कि मौड़ तो गोलेवाला सोसायटी के जानी है लेकिन इतने किल्लत ज़्यादा है कि उधर जरूरत ज़्यादा है। नहीं देखो जी जरूरत सब जगह इको जी हैगी किसान की जरूरत, यह कोई प्रायोरिटी नहीं भी उत्थे किसान ने पहला कणक बीजनी या इतने बाद बीजनी है, सारियां नूं इको जी जरूरत हैगी है। लोड़ है इस गल की, यह तफतीश का मुद्दा है, असं ये देखांगे। पहली ट्राली असं चैक कर ली है, दूजी ट्राली असं वेखांगे लोड़ मुताबक, जे किसानों लग्या इतने कानून मुताबक जो भी कार्रवाई करनी बनती है वह करांगे, ते नाल ही जी इन डिस्ट्रीब्यूट सिस्टम द्वारा किसानों के बच्चे जी प्रॉपर वंड करवाई जाएगी। किसानों का कहना है कि उन्होंने सिर्फ दो दो गट्टियां की पर्ची दी जाती है, की गल मतलब कि जी है दो दो की पर्ची ना जिसे किसी 12 किले 15 किले या 10 किले किसी ने पैली कणक बीजनी है तो उस वाली सही होगी? नहीं जी इस तरह असी सैचरडे खाद की डिस्ट्रीब्यूशन की उदों असी पर किसान जो 4 बैग में दिए गए थे, दो दो की बैग की पर्ची कोई डिपार्टमेंट वालों इस तरह का कोई टोकन नहीं जरा कट्टा गया, तो मेरे हिसाब से जी बिल्कुल निराधार गल हैगी। किसानों का एक होर भी कहना है कि जो डिपार्टमेंट के लोग ने पर्चियां घट घट अपनी जेब पाई जाते अपने चहेतियां पर्चियां देई जाते हैं। नहीं जी इस तरह की कोई गल नहीं हैगी, मैं यदि पुरजोर कंडेम करता। डीएपी खाद की घाट होने करके कई किसान महंगे भा च खाद खरीद के कणक की बिजाई कर चुके ने, पर कुछ किसानों खाद ना मिलन करके उन्होंने खेत खाली पे ने। हुण देखना यह होगा कि सरकार वालों कदों तक डीएपी की पूर्ति करके किसानों की इस समस्या का हल किया जाता है। श्री मुक्तसर साहब तो तरसेम सिंह टुडी की रिपोर्ट, चैनल पंजाबी। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।